ਅਸਲਾਮੁਅਲੈਕਮ ਜੀ, ਕੀ ਹਾਲ ਹੈ ਜੀ? ਸਾਰੇ ਵੀਰਾਂ ਦਾ ਖੈਰ ਖਰੀਅਤ ਨਾਲ ਹੋ? ਉਮੀਦ ਹੈ ਸਾਰੇ ਭਰਾ ਖੈਰ ਖਰੀਅਤ ਨਾਲ ਹੋਵੋਗੇ, ਸਭ ਨੂੰ ਅੱਲਾਹ ਪਾਕ ਖੁਸ਼ ਰੱਖੇ ਜੀ। ਮੇਰੇ ਦੋਸਤ ਨੇ ਜੀ, ਇਹਨਾਂ ਨੇ ਇੱਕ ਤਕਰੀਬਨ 1 ਏਕੜ 'ਤੇ ਸਰ ਛੋਟਾ ਜਿਹਾ ਆਪਣਾ ਬਾਗ ਤਿਆਰ ਕੀਤਾ ਸਰ। ਬਾਗ ਦੇ ਵਿੱਚ ਸਰ ਇਹਨਾਂ ਨੇ ਪਿੱਲਰਸ ਲਾ ਕੇ ਸਰ ਅੰਗੂਰ, ਪਪੀਤਾ, ਮਾਲਟਾ, ਸਬਜ਼ੀ, ਕਾਫੀ ਸਾਰੀਆਂ ਮਾਸ਼ਾਅੱਲਾ ਚੀਜ਼ਾਂ ਲਾਈਆਂ ਨੇ ਜੀ। ਔਰ ਮਜ਼ੀਦ ਤੁਹਾਨੂੰ ਇਹਨਾਂ ਦੀ ਮਿਹਨਤ ਔਰ ਇਹਨਾਂ ਦੀ ਮਿਹਨਤ ਦਾ ਫਲ ਦਿਖਾਉਂਦੇ ਹਾਂ ਜੀ। ਇਹ ਜੀ ਪਪੀਤਾ, ਜਿਵੇਂ ਮੈਂ ਪਿਛਲੀ ਵੀਡੀਓ 'ਚ ਦਿਖਾਇਆ ਸੀ, ਉਹਨਾਂ ਕੋਲੋਂ ਤਾਂ ਨਹੀਂ ਤਿਆਰ ਹੋ ਸਕਿਆ ਸਰ, ਕਿਉਂਕਿ ਉਹਨਾਂ ਦੀ ਜ਼ਮੀਨ ਉਸ ਹਿਸਾਬ ਦੀ ਨਹੀਂ ਸੀ ਜਿੱਦਾਂ ਦਾ ਇਸ ਫਸਲ ਨੂੰ ਰਕਬਾ ਚਾਹੀਦਾ ਜੀ। ਇਹ ਪਪੀਤਾ ਹੈ ਸਰ, ਵਿੱਚ ਅੰਗੂਰ ਹੈ ਸਰ। ਪਪੀਤੇ ਦੇ ਖਤਮ ਹੁੰਦੇ ਕਰਦੇ ਥੱਲੇ ਮਾਲਟਾ ਤਿਆਰ ਹੋ ਜਾਏਗਾ ਜੀ। ਪਪੀਤਾ ਦੇਖ ਲਓ ਜੀ, ਮਾਸ਼ਾਅੱਲਾ ਫਰੂਟਿੰਗ ਦੇਖ ਲਓ ਸਰ, ਮਾਸ਼ਾਅੱਲਾ। ਛੋਟੇ ਤੋਂ ਛੋਟੇ ਪੌਦੇ ਨੂੰ ਵੀ ਜੀ ਫਲ ਦੇਖੋ। ਤਕਰੀਬਨ 1.5 ਸਾਲ ਹੋ ਗਿਆ ਜੀ ਇਹਨਾਂ ਨੂੰ ਲਾਇਆ ਨੂੰ, ਅਤੇ 1.5 ਸਾਲ ਦੇ ਵਿੱਚ ਜੀ ਇਹਨਾਂ ਨੂੰ ਮਾਸ਼ਾਅੱਲਾ ਰਿਜ਼ਲਟ ਮਿਲਣਾ ਸ਼ੁਰੂ ਹੋ ਗਿਆ ਸਰ। ਥੋੜ੍ਹਾ ਵੇਟ ਤਾਂ ਕਰਨਾ ਪੈਂਦਾ ਜੀ। ਇਹ ਸਬਜ਼ੀ ਦੀਆਂ ਬੇਲਾਂ ਜੀ, ਕਰੇਲਾ ਵਗੈਰਾ ਅਸੀਂ ਖਤਮ ਹੋ ਗਿਆ ਸੀਜ਼ਨ ਦੇ ਹਿਸਾਬ ਨਾਲ, ਮਜ਼ੀਦ ਇਹ 'ਤੇ ਚਲਾ ਸਕਦੇ ਨੇ। ਹੋਰ ਲਾਈਨ ਦੇ ਵਿੱਚ ਪਪੀਤਾ ਹੈ ਜੀ, ਵਕਫੇ 'ਤੇ ਸਰ ਕਿੰਨੂ, ਬੜੀ ਫਰੂਟ ਹੋਈਆਂ ਜੀ ਮਾਸ਼ਾਅੱਲਾ। ਮਕਾਮੀ ਸਤਾ ਤਾਂ ਇੱਥੇ ਹੀ ਸੇਲ ਕਰ ਰਹੇ ਨੇ ਬਕੌਲ ਇਹਨਾਂ ਦੇ, 150 ਰੁਪਏ ਪਰ ਕੇ ਜੀ ਸੇਲ ਹੋ ਰਿਹਾ ਜੀ ਇਹਨਾਂ ਦਾ ਇੱਥੇ ਹੀ। ਮੰਡੀ 'ਚ ਵੀ ਜਾਣ ਦੀ ਜ਼ਰੂਰਤ ਨਹੀਂ ਹੈ ਜੀ ਇਹਨਾਂ ਨੂੰ ਮਾਸ਼ਾਅੱਲਾ। ਜਿਨ੍ਹਾਂ ਨੇ ਸਬਜ਼ੀ ਲਈ ਅਸੀਂ ਜਿਹੜੀ ਹੁਣ ਖਤਮ ਹੋ ਗਈ ਜੀ। ਇੱਥੇ ਹੁਣ ਤੁਹਾਨੂੰ ਵਿਊ ਦਿਖਾਉਂਦੇ ਜੀ ਇਹਨਾਂ ਦੀ ਪੂਰੀ ਫਸਲ ਦਾ, ਇਹਨਾਂ ਦੇ ਪੂਰੇ ਬਾਗ ਦਾ ਜੀ। ਇਹ ਦੇਖੋ ਸਰ, ਥੋੜ੍ਹਾ ਜਿਹਾ ਜੀ ਇਹਨਾਂ ਨੇ ਕਮਾਦ ਲਾਇਆ ਜੀ, ਛੋਟਾ ਰੂਟਾਵੇਟਰ ਰੱਖਿਆ ਜੀ ਇਹਨਾਂ ਦੇ ਬਕੌਲ ਇਹਨਾਂ ਨੇ, ਉਹਦੇ ਨਾਲ ਹੀ ਸਾਰਾ ਆਪਣਾ ਸਿਸਟਮ। ਕਈ ਤੋਂ ਵੀ ਬੱਚਤ ਹੈ, ਟਾਈਮ ਦੀ ਵੀ ਬੱਚਤ ਹੈ। ਭਾਈ ਹੋਰੀ ਦੱਸ ਰਹੇ ਨੇ ਜੀ, ਇਹਦੇ 'ਚ ਪਹਿਲੇ ਲਸਣ ਵੀ ਬੀਜਿਆ ਸੀ। ਇਹ ਜਿਹੜੀ ਖਾਲੀ ਜ਼ਮੀਨ ਪਈ ਹੈ ਨਾ ਜੀ, ਸਾਹਮਣੇ ਲਾਈਨ 'ਚ ਕਿੰਨੂ ਵੀ ਲੱਗ ਗਿਆ ਜੀ। ਅੰਗੂਰ ਵੀ ਹੈ ਜੀ ਮਾਸ਼ਾਅੱਲਾ, ਪਪੀਤਾ ਵੀ ਹੈ ਜੀ। ਸਾਰੇ ਵੀਰਾਂ ਦਾ ਦੇਖਣ ਦਾ ਸ਼ੁਕਰੀਆ ਜੀ। ਚੈਨਲ ਨੂੰ ਸਬਸਕ੍ਰਾਈਬ ਕਰੋ, ਵੀਡੀਓ ਨੂੰ ਲਾਈਕ ਕਰੋ, ਬੜੀ ਬੜੀ ਮਿਹਰਬਾਨੀ।